ਤਸਵੀਰਾਂ ਸੰਗਰੂਰ ਜ਼ਿਲ੍ਹੇ ਦੇ ਕਸਬਾ ਦਿੜਬਾ ਦੇ ਨੇੜਲੇ ਪਿੰਡ ਗੁਜਰਾਂ ਦੀਆਂ ਨੇ, ਜਿੱਥੇ ਸ਼ਰਾਬ ਪੀਣ ਨਾਲ 4 ਮੌਤਾਂ ਹੋ ਚੁੱਕੀਆਂ ਨੇ ਅਤੇ ਇਸ ਦੇ ਨਾਲ ਨਾਲ ਹੋਰ ਵੀ ਕਾਫੀ ਲੋਕ ਹਸਪਤਾਲ ਦੇ ਵਿੱਚ ਜੇਰੇ ਇਲਾਜ ਨੇ। ਵਿਧਾਨ ਸਭਾ ਹਲਕਾ ਦਿੜਬਾ ਦੇ ਪੈਂਦੇ ਪਿੰਡ ਗੁਜਰਾਂ ਵਿਖੇ ਨਸ਼ੀਲੀ ਸ਼ਰਾਬ ਪੀਣ ਨਾਲ 4 ਵਿਅਕਤੀਆਂ ਦੀ ਮੌਤ ਹੋ ਗਈ ਹੈ। ਪ੍ਰਾਪਤ ਵੇਰਵਿਆਂ ਅਨੁਸਾਰ ਭੋਲਾ ਸਿੰਘ, ਜਿਨ੍ਹਾਂ ਦੀ ਉਮਰ 50 ਸਾਲ ਹੈ, ਨਿਰਮਲ ਸਿੰਘ 42 ਸਾਲ, ਪ੍ਰਗਟ ਸਿੰਘ ਉਹਨਾਂ ਦੀ ਵੀ ਉਮਰ ਲਗਭਗ 42 ਸਾਲ ਅਤੇ ਜਗਜੀਤ ਸਿੰਘ ਜਿਨ੍ਹਾਂ ਦੀ ਉਮਰ 30 ਸਾਲ ਹੈ, ਉਹਨਾਂ ਦੀ ਮੌਤ ਹੋ ਗਈ ਹੈ। 4 ਮੌਤਾਂ ਹੋਣ ਨਾਲ ਪਿੰਡ ਵਿੱਚ ਸੋਗ ਦੀ ਲਹਿਰ ਹੈ। ਪੁਲਿਸ ਥਾਣਾ ਦਿੜਬਾ ਦੀ ਪੁਲਿਸ ਨੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਦਲਿਤ ਪਰਿਵਾਰਾਂ ਨਾਲ ਸੰਬੰਧਿਤ ਨੇ। ਪੁਲਿਸ ਨੇ ਲਾਸ਼ਾਂ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤੀਆਂ ਨੇ। ਆਓ ਸੁਣੀਏ ਘਰ ਪਰਿਵਾਰ ਦੇ ਲੋਕ ਕੀ ਕਹਿ ਰਹੇ ਨੇ ਅਤੇ ਪਿੰਡ ਦੇ ਜ਼ਿੰਮੇਵਾਰ ਲੋਕ ਅਤੇ ਡਾਕਟਰ ਕੀ ਕਹਿ ਰਹੇ ਨੇ। ਸੁਖਦੇਵ ਸਿੰਘ ਕੱਠਾ, ਬਲਾਕ ਸਮਿਤੀ ਮੈਂਬਰ ਦਿੜਬਾ, ਪਿੰਡ ਗੁਜਰਾਂ ਦਾ ਵਾਸੀ ਆ ਅਤੇ ਸਾਡੇ ਪਿੰਡ 4 ਮੌਤਾਂ ਹੋਈਆਂ ਨੇ ਜ਼ਹਿਰੀਲੀ ਸ਼ਰਾਬ ਨਾਲ ਅਤੇ 3-4 ਮਰੀਜ਼ ਹਰੇ ਸੰਗਰੂਰ ਦਾਖਲ ਨੇ ਅਤੇ ਉਹਨਾਂ ਦਾ ਪਤਾ ਨਹੀਂ ਵਿਚਾਰਿਆਂ ਦੇ ਬਚਣਗੇ ਕਿ ਨਹੀਂ ਬਚਣਗੇ। ਸ਼ਰੇਆਮ ਜ਼ਹਿਰੀਲੀ ਸ਼ਰਾਬ ਵਿਕਦੀ ਹੈ, ਸਭ ਨੂੰ ਪਤਾ, ਪ੍ਰਸ਼ਾਸਨ ਨੂੰ ਪਤਾ, ਪੰਚਾਇਤ ਨੂੰ ਪਤਾ ਅਤੇ ਕੋਈ ਕਾਰਵਾਈ ਨਹੀਂ ਹੋ। ਕਿੱਥੋਂ ਆ ਰਹੀ ਹੈ ਸ਼ਰਾਬ? ਉਹ ਤਾਂ ਹਰਿਆਣੀ ਬੋਲਦੇ ਨੇ, ਇੱਥੇ ਨਜਾਇਜ਼ ਸ਼ਰਾਬ ਤਿਆਰ ਕਰਦੇ ਨੇ ਅਤੇ ਵੇਚਦੇ ਨੇ। ਜਿਹੜੇ ਇਹ ਸਾਰੇ ਤੁਸੀਂ ਦੱਸ ਰਹੇ ਹੋ ਕਿ ਬਿਮਾਰ ਪਏ ਨੇ, ਜਿਨ੍ਹਾਂ ਦੀ ਮੌਤ ਹੋਈ, ਇਕੱਠੇ ਸ਼ਰਾਬ ਪੀ ਰਹੇ ਸੀਗੇ ਜਾਂ ਪਿੰਡ ਦੇ ਵਿੱਚ ਸਪਲਾਈ ਹੁੰਦੀ ਹੈ? ਪਿੰਡ ਦੇ ਵਿੱਚ ਸਪਲਾਈ ਹੁੰਦੀ ਹੈ, ਇਕੱਠੇ ਤਾਂ ਨਹੀਂ ਪੀਤੀ ਹੋਣੀ, ਜੇ ਅਲੱਗ ਅਲੱਗ ਪੀਤੀ ਸ਼ਰਾਬ ਤਾਂ ਉਸੇ ਬੰਦੇ ਦੇ ਪੀਤੀ ਤਾਂ ਲਈ ਸਾਰਿਆਂ ਨੇ, ਚਾਹੇ ਅਲੱਗ ਅਲੱਗ ਪੀਤੇ ਜਾਂ ਇਕੱਠੇ ਪੀਤੀ। ਕਿਵੇਂ ਦੇਖਦੇ ਹੋ ਜਿਹੜੇ ਸਪਲਾਇਰ ਨੇ ਉਹ ਇਕੱਠੀ ਸ਼ਰਾਬ ਲੈ ਕੇ ਆਉਂਦੇ ਆ, ਕੁਛ ਨਹੀਂ ਪਤਾ ਕਿੰਨੀਆਂ ਕੁ ਪੇਟੀਆਂ ਹੁਣ ਹਜੇ ਵੀ ਸ਼ਰਾਬ ਉਹਦੇ ਘਰੇ ਹੋ ਸਕਦੀ ਆ ਵੇਚਣ ਵਾਲੇ ਦੇ, ਉਹ ਹੋਰ ਵੀ ਨੁਕਸਾਨ ਹੋ ਸਕਦਾ, ਉਹ ਚੀਜ਼ ਨੂੰ ਕਿਵੇਂ ਦੇਖਦੇ? ਸ਼ਰਾਬ ਆਉਂਦੀ ਹੈ ਬਾਹਰੋਂ, ਸਾਰੇ ਪ੍ਰਸ਼ਾਸਨ ਦੇ ਨੱਕ ਥੱਲੇ ਆਉਂਦੀ ਹੈ, ਸਾਰਾ ਪਤਾ ਪ੍ਰਸ਼ਾਸਨ ਨੂੰ। ਇਹ ਅੱਜ ਤੋਂ ਪਹਿਲਾਂ ਪ੍ਰਸ਼ਾਸਨ ਨੂੰ ਪਤਾ ਨਹੀਂ ਸੀ ਵੀ ਇੱਥੇ ਸ਼ਰਾਬ ਨਜਾਇਜ਼ ਵਿਕਦੀ ਹੈ, ਪ੍ਰਸ਼ਾਸਨ ਪਹਿਲੇ ਫੜਦਾ ਰਿਹਾ ਉਹਨੂੰ, ਉੱਥੇ ਜਾ ਕੇ ਛੱਡ ਦਿੰਦੇ ਸੀ ਰਸਤੇ ਜਾ ਕੇ ਲੈ ਕੇ ਪੈਸੇ ਸੌਂਫੀਆ, ਸੌਂਫੀਆ ਪ੍ਰਸ਼ਾਸਨ ਨੂੰ ਕੀ ਪਤਾ ਸੌਂਫੀਆ ਪੀਤੀ ਉਹਨੇ? ਜੇ ਪ੍ਰਸ਼ਾਸਨ ਨੂੰ ਪਤਾ ਵੀ ਸੌਂਫੀਆ ਪੀਤੀ ਹੈ ਤਾਂ ਪ੍ਰਸ਼ਾਸਨ ਨੂੰ ਪਤਾ ਵੀ ਸੌਂਫੀਆ ਜ਼ਹਿਰੀਲੀ ਸੀ, ਸ਼ਰਾਬ ਨੂੰ ਇਹਨਾਂ ਪ੍ਰਸ਼ਾਸਨ ਨੂੰ ਇਹਨਾਂ ਪਤਾ ਵੀ ਸੌਂਫੀਆ ਪੀਤੀ ਹੈ ਅਤੇ ਫਿਰ ਉਹਨਾਂ ਨੂੰ ਇਹ ਵੀ ਪਤਾ ਸੀ ਵੀ ਉਹ ਕਿੱਥੋਂ ਹੀ ਹੈ। ਕੀ ਮੰਗ ਕਰਦੇ? ਜਿਹੜਾ ਨੌਜਵਾਨ ਤੁਸੀਂ ਕਹਿ ਰਹੇ ਹੋ ਜਿਹਦਾ ਨਾਮ ਆ ਰਿਹਾ, ਪਹਿਲਾਂ ਵੀ ਦਾਰੂ ਦੇ ਮਾਮਲੇ 'ਚ ਫੜਿਆ ਗਿਆ ਜਾਂ ਕੁਛ? ਕਈ ਵਾਰੀ ਫੜੇ ਗਏ ਨੇ, ਇਕੱਲਾ ਨਹੀਂ ਫੜਿਆ ਗਿਆ, ਹੋਰ ਵੀ ਕਈ ਫੜੇ ਗਏ ਨੇ ਅਤੇ ਛੱਡ ਦਿੰਦੇ ਨੇ, ਕਿਸੇ ਦੇ ਅੱਜ ਤੱਕ ਪਰਤੇ ਨਹੀਂ ਹੋਇਆ। ਹੁਣ ਕੀ ਮੰਗ ਕਰਦੇ ਹੋ? ਮੰਗ ਤਾਂ ਦੋਸ਼ੀਆਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ, ਜੋ ਪੀੜਿਤ ਪਰਿਵਾਰ ਨੇ ਉਹਨਾਂ ਦੀ ਸਰਕਾਰ ਸਹਾਇਤਾ ਕਰੇ। ਨੁਕਸਾਨ ਇਹ ਬੱਚੇ ਦਾਰੂ ਨੇ ਘਰ ਪੱਟ ਤੇ ਜੀ, ਬੱਚੇ ਰੁਲ ਗਏ ਜੀ, ਹੁਣ ਇਹਨਾਂ 'ਤੇ ਕਾਰਵਾਈ ਕਰੀ ਜਾਵੇ ਜਿਨ੍ਹਾਂ ਨੇ ਦਾਰੂ 'ਚ ਇਹਨਾਂ ਨੂੰ ਕੁਛ ਪਿਲਾਇਆ ਜੀ। ਛੋਟੇ ਛੋਟੇ ਬੱਚੇ ਨੇ ਕਿਵੇਂ ਪਾਲਣਗੀਆਂ ਜੀ? ਇੱਕ ਦੇ 3 ਨੇ ਜੀ, ਇੱਕ ਦੇ 2 ਨੇ। ਸਕੇ ਭਾਈ ਨੇ? ਹਾਂਜੀ ਸਕੇ ਨੇ, ਜੁੜਵਾ ਭਰਾ ਨੇ। ਘਰ ਦਾ ਮਾਹੌਲ ਤੁਹਾਡੇ ਸਾਹਮਣੇ ਜੀ, ਗਰੀਬੀ, ਛੋਟਾ ਜਿਹਾ ਘਰ ਆ, ਕਿਵੇਂ ਗੁਜ਼ਾਰਾ ਕਰਨਗੇ? 3 ਬੱਚੇ ਨੇ ਜੀ, 2 ਦੇ ਨੇ, ਛੋਟੇ ਛੋਟੇ ਘਰ ਨੇ ਜੀ। ਜ਼ਿੰਮੇਵਾਰ ਕਿਹਨੂੰ ਸਮਝਦੇ? ਪੁਲਿਸ, ਪ੍ਰਸ਼ਾਸਨ, ਸਰਕਾਰ, ਕੀ ਕਹਿਣਾ ਚਾਹੁੰਦੇ ਹੋ? ਅਤੇ ਸਰਕਾਰ ਨੂੰ ਕਹਿੰਦੇ ਜੀ ਵੀ ਨਸ਼ੇ ਕਿਉਂ ਨਹੀਂ ਬੰਦ ਕਰਦੀ ਇਹ, ਕਿਉਂ ਘਰ ਪੱਟ ਰਹੀ ਹੈ ਇਹ ਬੱਚਿਆਂ ਦੇ? ਛੋਟੇ ਛੋਟੇ ਅੱਲੜ ਮਾਤਾ ਉਹਨਾਂ ਦੀ ਵਿਚਾਰਿਆਂ ਦੀ, ਕਿੱਥੇ ਰੁਲਣਗੇ, ਕਿੱਥੇ ਪੜਨਗੇ, ਕੀ ਕਰਨਗੇ, ਦਿਹਾੜੀਆਂ ਕਰਨਗੇ ਕਿ ਆਪਦਾ ਘਰ ਚਲਾਉਣਗੇ? ਇਹ ਔਰਤਾਂ ਕੀ ਕੰਮ ਕਰਦੀਆਂ? ਇਹ ਘਰ ਦਿਹਾੜੀ ਦੱਪਾ ਕਰਦੇ ਜੀ, ਜ਼ਿਮੀਂਦਾਰਾਂ ਦੇ ਖੇਤਾਂ 'ਚ ਕੰਮ ਕਰਦੀਆਂ ਨੇ ਜਾ ਕੇ। ਸ਼ਰਾਬ ਨੇ ਜੀ 4 ਘਰ ਪੱਟੇ ਨੇ ਜੀ ਇੱਥੇ ਆਹ ਪਿੰਡ 'ਚ। ਗੁਰਜੀਤ ਕੌਰ ਸਿੰਘ ਜਿਹਨਾਂ ਦੀ ਡੈਥ ਹੋਈ ਆ, ਕੌਣ ਸੀ? ਇੱਕ ਮੇਰੇ ਘਰ ਆਏ ਤੇ ਜੀ ਪ੍ਰਗਟ ਸਿੰਘ ਤੇ ਇੱਕ ਨਿਰਮਲ ਸਿੰਘ, ਦੋ ਜੁੜਵਾ ਭਰਾ ਤੇ। ਕਦੋਂ ਡੈਥ ਹੋਈ ਆ, ਕਦੋਂ ਤੁਹਾਨੂੰ ਕੀ ਤੁਹਾਨੂੰ ਪਤਾ ਲੱਗਿਆ? ਬਸ ਉਲਟੀ ਆਈ ਹੈ ਜੀ, ਹੋਰ ਤਾਂ ਕੋਈ ਉਹ ਨਹੀਂ ਹੈਗਾ। ਅੱਛਾ, ਕਿੱਥੋਂ ਆਏ ਸੀ ਉਹ ਕੱਲ? ਉਹ ਦਿਹਾੜੀ ਤੋਂ ਆਏ ਤੇ ਵੀਰੇ ਕਰਕੇ ਬਸ। ਅੱਛਾ ਜੀ, ਤੇ ਮੈਂ ਵੀ ਦਿਹਾੜੀ ਤੇ ਗਈ ਹੋਈ ਤੇ ਕੰਮ ਕਰਨ। ਅੱਛਾ ਜੀ।
ਤੇ ਕਿਸ ਤਰੀਕੇ ਨਾਲ ਦੇਖਦੇ ਹੋ ਇੱਕੋ ਪਰਿਵਾਰ ਦੇ ਵਿੱਚ ਦੋ ਜਣਿਆਂ ਦੀ ਕਮਾਉਣ ਵਾਲਿਆਂ ਦੀ ਡੈਥ ਹੋ ਗਈ, ਪਿੱਛੇ ਤੁਹਾਡੇ ਤੇ ਤੁਹਾਡੀ ਭੈਣ ਜਿਹੜੇ ਇਸ ਤਰ੍ਹਾਂ ਹੈਗੇ ਨੇ, ਕਿੰਨੇ ਕਿੰਨੇ ਬੱਚੇ ਨੇ ਤੁਹਾਡੇ? ਉਹਦੇ ਦੋ ਬੱਚੇ ਵੀ ਉਹਦੇ ਨੇ, ਦੋ ਤਿੰਨ ਮੇਰੇ ਨੇ ਹੈਗੇ। ਅੱਛਾ, ਤਾਂ ਹੁਣ ਕਿਸ ਤਰੀਕੇ ਨਾਲ ਦੇਖਦੇ ਹੋ ਘਰ ਦਾ ਮਾਹੌਲ ਕੀ ਹੈ, ਕਿਹਨੂੰ ਜ਼ਿੰਮੇਵਾਰ ਸਮਝਦੇ ਹੋ? ਹੁਣ ਸਰਕਾਰ ਨੂੰ ਸਮਝਦੇ ਵੀਰੇ, ਮਾਹੌਲ ਤਾਂ ਸਾਡਾ ਹੁਣ ਜਿਹੜੇ ਕਮਾਉਣ ਵਾਲੇ ਤੇ ਉਹ ਤਾਂ ਵਗ ਚਲੇ ਗਏ, ਤੇ ਅਸੀਂ ਹੁਣ ਸਰਕਾਰ ਤੋਂ ਮਦਦ ਮੰਗਣਾ ਚਾਹੁੰਦੇ ਹਾਂ, ਨਾਲੇ ਸੁਧਾਰਨਾ ਚਾਹੁੰਦੇ ਸਰਕਾਰ ਤੋਂ। ਅੱਛਾ ਜੀ, ਵੀ ਦੁਨੀਆ ਨੂੰ ਸੁਧਾਰੇ, ਜਿਹੜਾ ਨਸ਼ੇ ਪੱਤੇ ਤੇ ਲੱਗ ਰਹੇ ਨੇ ਹੁਣ। ਨੇ ਪਹਿਲਾਂ ਵੀ ਸ਼ਰਾਬ ਪੀਂਦੇ ਸੀ ਕਦੇ? ਨਾ ਵੀਰੇ, ਥੋੜੀ ਥੋੜੀ ਪੀਂਦੇ ਤੇ। ਅੱਛਾ, ਤਾਂ ਇਦਾਂ ਦੇ ਹਾਲਾਤ ਪਹਿਲਾਂ ਵੀ ਕਦੇ ਹੋਏ ਨੇ ਵੀ ਉਲਟੀ ਆਈ ਹੈ ਜਾਂ ਕੁਝ ਹੋਰ ਆਈ? ਨਾ ਵੀਰੇ, ਕਦੇ ਨਹੀਂ ਆਈ ਉਲਟੀ। ਇਹ ਕਿੱਥੋਂ ਲੈ ਕੇ ਆਏ ਸੀ ਸ਼ਰਾਬ ਤੁਹਾਨੂੰ? ਮੈਨੂੰ ਕੋਈ ਪਤਾ ਨਹੀਂ ਵੀਰੇ, ਮੈਂ ਤਾਂ ਦਿਹਾੜੀ ਤੇ ਗਈ ਹੋਈ ਸੀ, ਤਾਂ ਹੀ ਤਾਂ ਕਹਿੰਦੇ ਮੈਨੂੰ ਕੋਈ ਪਤਾ ਨਹੀਂ। ਮੇਰਾ ਨਾਮ ਸਤੰਤਰਜੀਤ ਕੌਰ ਹੈ, ਮੇਰੇ ਭਰਾ ਸੀਗੇ ਦੋ ਜੀ, ਮੈਂ ਉਹਨਾਂ ਦੀ ਛੋਟੀ ਭੈਣ ਹੈ ਜੀ ਉਹਨਾਂ ਤੋਂ, ਤੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਸਰਕਾਰ ਤੋਂ। ਕੀ ਕੀ ਨਾਮ ਆ ਦੋਨਾਂ ਦੇ? ਇੱਕ ਦਾ ਨਾਮ ਪ੍ਰਗਟ ਸਿੰਘ ਆ, ਇੱਕ ਦਾ ਨਾਮ ਨਿਰਮਲ ਸਿੰਘ ਆ। ਸਕੇ ਭਾਈ ਸੀ? ਸਕੇ ਦੋਨੇ ਜੁੜਵਾ ਭਰਾ ਸੀਗੇ। ਘਰ ਦੇ ਕੀ ਹਾਲਾਤ ਸੀ? ਘਰ ਦੇ ਬਹੁਤ ਮਾੜੇ ਹਾਲਾਤ ਨੇ ਜੀ। ਹਾਂਜੀ, ਕਿਸ ਤਰੀਕੇ ਨਾਲ ਦੇਖਦੇ ਹੋ ਸ਼ਰਾਬ? ਤਾਂ ਜਿਵੇਂ ਪਹਿਲਾਂ ਦੱਸ ਰਹੇ ਸੀ, ਪਹਿਲਾਂ ਵੀ ਪੀਂਦੇ ਸੀ, ਪਰ ਇਹ ਸ਼ਰਾਬ ਕਿਹੋ ਜਿਹੀ ਚੀਜ਼ ਦੀ? ਇਹ ਬਹੁਤ ਮਾੜੀ ਸ਼ਰਾਬ ਸੀਗੀ, ਪਹਿਲਾਂ ਵੀ ਸ਼ਰਾਬ ਪੀਂਦੇ ਸੀ, ਪਹਿਲਾਂ ਇਸ ਤਰ੍ਹਾਂ ਕਦੇ ਕੁਛ ਨਹੀਂ ਹੋਇਆ ਸੀ। ਹਾਂ, ਹੁਣ ਕਹਿੰਦੇ ਉਲਟੀ ਆਈ ਹੈਗੀ। ਕਿਹੜਾ ਪਿੰਡ ਹੈ? ਗੁਜਰਾਂ। ਤੁਹਾਡਾ ਕੌਣ ਬਿਮਾਰ ਹੈ ਤੇ ਕਿੰਨੇ ਬੰਦੇ ਡੈਥ ਹੋਈ ਹੈ? 4-5 ਦੀ ਹੋ ਗਈ। ਤੁਹਾਨੂੰ ਕਦੋਂ ਪਤਾ ਲੱਗਿਆ? ਸਾਨੂੰ ਤਾਂ ਤੜਕੇ ਪਤਾ ਲੱਗਾ ਜੀ, ਉਲਟੀ ਕਰਦੇ ਸੀ ਜਦੋਂ। ਕਿਸ ਚੀਜ਼ ਦੀ ਉਲਟੀ ਆ ਰਹੀ ਸੀ? ਖੂਨ ਜਿਹੀ ਦੀ ਉਲਟੀ ਆਈ ਸੀ। ਹੁਣ ਕਿੱਥੇ ਨੇ? ਹੁਣ ਦਾਖਲ ਕਰਿਆ ਹੋਇਆ ਜੀ ਸੰਗਰੂਰ। ਕੀ ਨਾਮ ਹੈਗਾ? ਲਾਡੀ ਹੈ ਜੀ। ਤੁਹਾਡੇ ਕੀ ਲੱਗਦੇ ਨੇ? ਦੇਵਰ ਆ ਜੀ ਮੇਰਾ। ਕਿਵੇਂ ਦੇਖਦੇ, ਕੌਣ ਦੇ ਰਿਹਾ ਸੀ ਨਕਲੀ ਸ਼ਰਾਬ? ਉਰੀ ਵੇਚਦੇ ਨੇ ਜੀ, ਬਹੁਤ ਵੇਚਦੇ ਨੇ ਗੇ ਸ਼ਰਾਬ। ਕਦੋਂ ਪੀਤੀ ਸੀ? ਪੀਂਦੇ ਤਾਂ ਰੋਜ਼ ਹੀ ਨੇ ਵੀ, ਰੈਡੀ ਰਾਤ ਪਰਸੋਂ ਪੀਤੀ ਹੈਗੀ। ਕਿੱਥੇ ਬਹਿ ਕੇ ਪੀਤੀ ਸੀ ਉਹਨਾਂ ਨੇ? ਉਰੀ ਪੀਂਦੇ ਨੇ ਜੀ, ਇੱਥੇ ਬਾਹਰ ਹੀ ਪੀਂਦੇ ਨੇ। ਵੇਚ ਕੇ ਕਿੱਥੇ ਜਾਂਦੇ ਨੇ? ਉਰੀ ਵੇਚਦੇ ਜੀ, ਉਰੀ ਫੜ ਲੈਂਦੇ ਨੇ ਬੋਤਲਾਂ। ਠੀਕ ਹੈ। ਤਾਂ ਹੁਣ ਕਿਸ ਤਰ੍ਹਾਂ ਦੀ ਹਾਲਤ ਹੈਗੀ? ਹਸਪਤਾਲ 'ਚ ਕੋਈ ਮੈਸੇਜ ਆਇਆ ਤੁਹਾਨੂੰ? ਹਾਂ ਜੀ, ਕਹਿੰਦੇ ਬੁਰੀ ਹਾਲਤ ਹੈ ਹਾਲੇ ਤਾਂ। ਠੀਕ ਨਹੀਂ ਹੈਗਾ, ਬੁਰੀ ਹਾਲਤ ਹੈ, ਦਿਖਣੋਂ ਵੀ ਹਟ ਗਿਆ। ਹਾਂ, ਇਹ ਦਿਖਦਾ ਜਗ ਨਹੀਂ ਹੈਗਾ, ਹਟ ਗਿਆ। ਮੇਰਾ ਨਾਮ ਗੁਰਮੀਤ ਸਿੰਘ ਹੈ ਜੀ। ਕਿੱਥੋਂ ਆਏ ਹੋ, ਤੁਹਾਡੇ ਕੀ ਲੱਗਦੇ ਸੀ, ਇਹ ਕੀ ਨਾਮ ਸੀ ਇਹਨਾਂ ਦਾ? ਮੇਰਾ ਪਿੰਡ ਹੈਗਾ ਲੱਡਾ ਜੀ। ਹਾਂਜੀ। ਮੇਰਾ ਸਾਲਾਤ ਜੀ ਵੱਡਾ। ਅੱਛਾ ਜੀ। ਅਤੇ ਦਾਰੂ ਇਹ ਪਹਿਲਾਂ ਪੀਂਦੇ ਤੇ ਜੀ? ਹਾਂਜੀ। ਹੁਣ ਪਰ ਹੁਣ ਘਟੇ ਹੋਏ ਤੇ ਜੀ? ਹਾਂਜੀ। ਹੁਣ ਕੀ ਪਤਾ ਹੁਣ ਕਹੀ ਜੀ ਦਾਰੂ ਆਈ ਆ ਨਾ ਆਈ ਆ ਜੀ, ਹੁਣ ਨੁਕਸਾਨ ਤਾਂ ਹੁਣ ਇਹਨਾਂ ਨੂੰ ਪਤਾ ਵੀ ਕਿੰਨੇ ਕੁ ਮਤਲਬ ਪਹਿਲਾਂ ਹੋ ਗਏ ਜੀ। ਇੱਕੋ ਸ਼ਰਾਬ ਦੇ ਨਾਲ ਪਿੰਡ 'ਚ 4 ਜਣਿਆਂ ਦੀ ਮੌਤ ਹੋ ਗਈ, 2 ਬਿਮਾਰ ਵੀ ਨੇ, ਕੀ ਲੱਗਦਾ ਸ਼ਰਾਬ 'ਚ ਜ਼ਹਿਰ ਸੀ, ਜ਼ਹਿਰੀਲੀ ਸੀ, ਘਟੀਆ ਸੀ? ਜ਼ਹਿਰੀਲੀ ਤੀ ਜਿਹੜੀ ਫਿਰ ਮਰੇ ਨੇ ਜੀ। ਠੀਕ ਹੈ। ਤੁਹਾਡੇ ਪਿੰਡ ਦੇ ਲੋਕ ਕਹਿ ਰਹੇ ਨੇ ਕਿ ਪੰਚਾਇਤ ਨੂੰ ਵੀ ਪਤਾ ਸ਼ਰਾਬ ਕੌਣ ਵੇਚਦੇ ਨੇ, ਪੁਲਿਸ ਨੂੰ ਵੀ ਪਤਾ, ਕਿਉਂ ਕਾਰਵਾਈ ਨਹੀਂ ਕਰਦੇ? ਉਹ ਚੀਜ਼ ਨੂੰ ਕਿਵੇਂ ਦੇਖਦੇ? ਉਹਨਾਂ ਦੇ ਫਿਰ ਹੋਣੀ ਚਾਹੀਦੀ ਕਾਰਵਾਈ ਜੀ। ਮੇਰਾ ਨਾਮ ਕਰਨੈਲੋ ਹੈ ਜੀ, ਮੈਂ ਸਿੰਦਣਾ ਦੇ ਰਹਿਣ ਵਾਲੀ ਹੈ। ਮੇਰੀ ਉਰੇ ਕੁੜੀ ਵਿਆਹੀ ਹੋਈ ਹੈ, ਮੇਰੀ ਕੁੜੀ ਦਾ ਦਿਓਰ ਹੈ ਜਿਹੜਾ ਲਾਡੀ ਹੈਗਾ। ਹਾਂਜੀ। ਇਹਨੇ ਦਾਰੂ ਪੀਤੀ ਹੈ ਜੀ ਤੜਕੀ ਸਵੇਰੇ, ਫਿਰ ਕੱਲ੍ਹ ਡਾਊਨ ਹੋਇਆ ਇਹ, ਸਵੇਰੇ 4 ਵਜੇ ਉਲਟੀਆਂ ਲੱਗੀਆਂ ਨੇ ਤੇ ਬਲੱਡ ਘਟ ਗਿਆ, ਫਿਰ ਡਾਕਟਰ ਤੋਂ ਟੀਕਾ ਲਵਾ ਲਿਆ ਜੀ। ਹੁਣ ਕਿੱਥੇ ਨੇ? ਹੁਣ ਉਹ ਸੰਗਰੂਰ ਹਸਪਤਾਲ 'ਚ ਦਾਖਲ ਨੇ ਜੀ। ਕਿੰਨੇ ਜਣੇ ਦਾਖਲ ਨੇ ਇਸ ਪਿੰਡ ਦੇ? ਇੱਥੇ ਕਿੰਨੇ ਜਣੇ ਦਾਖਲ ਨੇ? 2 ਨੇ। 2 ਜਣੇ ਦਾਖਲ ਨੇ ਜੀ, 4 ਜਣਿਆਂ ਦੀ ਮੌਤ ਹੋ ਗਈ। ਤੋਰੇ ਧੀ ਵਿਆਹੀ ਹੋਈ ਹੈ ਮੇਰੀ। ਡਾਕਟਰ ਰਾਹੁਲ ਸਰ, ਕਿੰਨੇ ਪੇਸ਼ੈਂਟ ਆਏ ਨੇ, ਕਿੱਥੋਂ ਆਏ ਨੇ, ਕੀ ਪ੍ਰੋਬਲਮ ਲੱਗੀ? ਸਾਡੇ ਕੋਲ 3 ਪੇਸ਼ੈਂਟ ਆਏ ਨੇ, ਲਗਭਗ 11:15 ਦੇ ਕਰੀਬ, ਜਿਹੜੇ ਗੁਜਰਾਂ ਤੋਂ ਆਏ ਨੇ ਵਿਦ ਅਲਾਈਡ ਹਿਸਟਰੀ ਆਫ ਮਿਥਾਨੋਲ ਪੋਇਜ਼ਨਿੰਗ। ਉਹ ਸਾਡੇ ਆਈ ਸਰਜਨ ਨੇ 3 ਚੈੱਕ ਕਰ ਲਏ, ਸਾਡੇ ਜਿਹੜੇ ਸਾਈਕੈਟ੍ਰਿਸਟ ਆ ਅਸੀਂ ਉਹਨਾਂ ਨੂੰ ਵੀ ਬੁਲਾ ਲਿਆ, ਔਰ ਫਿਜ਼ੀਸ਼ੀਅਨ ਨੇ ਵੀ ਦੇਖ ਲਏ। ਉਹ 3 ਵਿੱਚੋਂ 1 ਪੇਸ਼ੈਂਟ ਇੱਦਾਂ ਦਾ ਲਾਡੀ ਨਾਮ ਦਾ, ਜਿਹੜੇ ਸਾਡੇ ਆਈ ਸਰਜਨ ਕਹਿ ਰਹੇ ਹਨ ਕਿ ਉਹਨਾਂ ਨੂੰ ਲੱਗਦਾ ਕਿ ਸ਼ਾਇਦ ਉਹਦੀ ਆਈਸ 'ਤੇ ਅਸਰ ਹੋ ਗਿਆ, ਆਈ ਸਰਜਨ ਨਾਲ ਖੜ੍ਹੇ ਨੇ ਅਤੇ ਬਾਕੀ ਹਲੇ ਉਹ ਅਸੈਸ ਕਰ ਰਹੇ ਹਾਂ, ਅਤੇ ਸਾਨੂੰ ਜੇ ਜ਼ਰੂਰਤ ਪਈ ਤਾਂ ਇਹਨਾਂ ਦੀ ਅਸੀਂ ਇੱਕ ਵਾਰ ਆਈ ਡਿਪਾਰਟਮੈਂਟ ਮੈਡੀਕਲ ਕਾਲਜ ਪਟਿਆਲਾ ਭੇਜਾਂਗੇ ਪ੍ਰੋਪਰ ਅਸੈਸਮੈਂਟ ਵਾਸਤੇ। ਸ਼ਵੀਨਾ ਗਰਗ।
ਦੇਖੋ ਜਿਹੜੇ ਮਿਥੇਨੋਲ ਪੋਇਜ਼ਨਿੰਗ ਦੇ ਸਿਮਟਮਸ ਹੁੰਦੇ ਆ ਔਰ ਸਾਈਨਸ ਹੁੰਦੇ ਆ ਉਹਦੇ ਵਿੱਚੋਂ ਕਾਫੀ ਹੈ ਜੋ ਲੱਗ ਰਹੇ ਆ, ਉਹਨਾਂ ਨੂੰ ਵਿਜ਼ਨ ਤੋਂ ਪ੍ਰੋਬਲਮ ਆ ਰਹੀ ਹੈ, ਬਾਕੀ ਫੰਡਸ ਮਤਲਬ ਪਰਦਾ ਦੇਖਣਾ ਪਊਗਾ ਪਿੱਛੇ, ਫਿਰ ਪਤਾ ਚੱਲੇਗਾ ਕਿ ਕਿੰਨਾ ਹੈ ਇਫੈਕਟ। ਜਿਹੜੇ ਬਾਕੀ ਦੋ ਪੇਸ਼ੈਂਟ ਨੇ ਉਹ ਠੀਕ ਨੇ? ਬਾਕੀ ਦੋ ਠੀਕ ਹੈ ਫਿਲਹਾਲ, ਬਟ ਅੰਡਰ ਆਬਜ਼ਰਵੇਸ਼ਨ ਰੱਖਣੇ ਪੈਣਗੇ, ਲੇਟ ਇਫੈਕਟਸ ਵੀ ਆਉਂਦੇ ਆ ਮਿਥੇਨੋਲ ਦੇ। ਲਾਡੀ ਦਾ ਕੰਫਰਮ ਕਦੋਂ ਹੋਊਗਾ ਜਾਂ ਇਹਨੂੰ ਅੱਗੇ ਵੀ ਸ਼ਿਫਟ ਕਰਨਾ ਪੈ ਸਕਦਾ? ਪੈ ਸਕਦਾ, ਰੈਟੀਨਾ ਦੀ ਫੋਟੋ ਚਾਹੀਦੀ ਹੁੰਦੀ ਹੈ, ਜਿਹੜੀ ਇਹ ਵਾਲੀ ਮਸ਼ੀਨ ਹੈ ਆਪਾਂ ਨੂੰ ਮੈਡੀਕਲ ਕਾਲਜਿਸ 'ਚ ਹੀ ਮਿਲਦੀ ਹੈ, ਤਾਂ ਉਸ ਚੀਜ਼ ਲਈ ਇਹਨਾਂ ਨੂੰ ਰੈਫਰ ਕਰਨਾ ਪੈ ਸਕਦਾ ਫੋਰ ਫਰਦਰ ਇਨਵੈਸਟੀਗੇਸ਼ਨਸ।